ਪਰਮੇਸ਼ੁਰ ਤੇ ਭੁੱਲਿਆ ਵਿਆਪਨ ਸਭੇ ਰੋਗ। ਜਿਤਨੇ ਰੋਗ ਲੱਗਦੇ ਨੇ ਪਰਮੇਸ਼ੁਰ ਨੂੰ ਭੁੱਲ ਕੇ ਲੱਗਦੇ ਹਨ। ਪਹਿਲੇ ਰੋਗ ਮਨ ਨੂੰ ਲੱਗਦੇ ਨੇ, ਫਿਰ ਤਨ ਨੂੰ ਲੱਗਿਆ ਕਰਦੇ ਹਨ। ਮਨ ਕੀ ਹੈ? ਖਿਆਲਾਤ ਫੁਰਨੇ ਫਟਵੇ। ਪਹਿਲੇ ਇਹ ਬਿਮਾਰ ਹੁੰਦਾ ਹੈ, ਮਨ ਰੋਗੀ ਹੁੰਦਾ ਹੈ, ਫਿਰ ਇਹ ਰੋਗ ਜਿਸਮ ਤੇ ਆਉਂਦੇ ਹਨ। ਅਗਰ ਮਨ ਅਰੋਗ ਹੋ ਜਾਏ, ਜਿਸਮ ਦੇ ਰੋਗ ਵੀ ਹਟਣੇ ਸ਼ੁਰੂ ਹੋ ਜਾਣੇ, ਅਸੀਰ ਹਟ ਜਾਂਦੇ ਹਨ, ਕਿਉਂਕਿ ਇੱਥੋਂ ਚੱਲਦਾ। ਜਿਹਦਾ ਮਨ ਅਸ਼ਾਂਤ ਰਹੇ, ਜਲਦਾ ਬਲਦਾ ਰਹੇ, ਚਿੰਤਾਤਰ ਰਹੇ, ਫਿਕਰ ਵਿੱਚ ਰਹੇ, ਕਾਮ ਕ੍ਰੋਧ ਹੰਕਾਰ ਦੇ ਤੁਰਨੇ ਜਿਹਨੂੰ ਹਮੇਸ਼ਾ ਉੱਠਦੇ ਰਹਿਣ, ਬੁਰਾਈਆਂ ਵਿੱਚ ਲੱਗਾ ਰਹੇ, ਉਹਨੂੰ ਹੌਲੀ ਹੌਲੀ ਅਵਸ਼ੀ ਉਹਦਾ ਮਨ ਰੋਗੀ ਹੋ ਜਾਂਦਾ, ਫਿਰ ਥੋੜੀ ਦੇਰ ਬਾਅਦ ਤਨ ਰੋਗੀ ਹੋ ਜਾਂਦਾ। ਜਿਹੜੇ ਅਭਿਆਸੀ ਪੁਰਸ਼ ਨੇ, ਅੱਛੀ ਤਰ੍ਹਾਂ ਮਨ ਦੇ ਪਿੱਛੇ ਪਏ ਹੋਏ, ਮਨ ਦੀ ਖੋਜ ਕਰਨ ਵਾਲੇ, ਮਨ ਦੇ ਉੱਪਰੀ ਪੂਰਾ ਪੂਰਾ ਕੰਟਰੋਲ ਕਰਕੇ ਪੂਰਨ ਸੁਖੀ ਹੋਏ ਹਨ, ਉਹ ਮਹਿਸੂਸ ਕਰਦੇ ਨੇ। ਦੁਨੀਆਂ ਨੂੰ ਤਾਂ ਮਨ ਦਾ ਅਜੇ ਪਤਾ ਵੀ ਨਹੀਂ, ਉਹ ਮਹਿਸੂਸ ਕਰਦੇ ਹਨ। ਵਾਕਈ ਜਿੰਨੇ ਦੁੱਖ ਪੈਦਾ ਹੁੰਦੇ ਨੇ ਮਨ ਤੋਂ ਪੈਦਾ, ਗੁਰਬਾਣੀ ਦੀ ਅੱਛੀ ਤਰ੍ਹਾਂ ਸਮਝ ਤਾਂ ਆਉਂਦੀ ਹੀ, ਗੁਰਬਾਣੀ ਦੀ ਜਾਂ ਹੋਰ ਸਤ ਸ਼ਾਸਤਰਾਂ ਦੀ ਸਮਝ, ਓਨੀ ਦੇਰ ਇਹਦੇ ਅਰਥਾਂ ਦੀ ਸਮਝ ਓਨੀ ਦੇਰ ਤੱਕ ਆਉਂਦੀ ਹੀ ਨਹੀਂ, ਜਿੰਨੀ ਦੇਰ ਤੱਕ ਕੋਈ ਆਤਮ ਸਥਿਤੀ ਵਾਲਾ ਹੋ ਨਹੀਂ ਜਾਂਦਾ। ਬਾਕੀ ਤਾਂ ਪਾਣੀ ਰਿੜਕਣਾ ਹੈ, ਪਾਣੀ ਰਿੜਕੇ ਤੇ ਮੱਖਣ ਥੋੜੋ ਨਿਕਲ ਰਿੜਕੀ ਚਲੋ। ਇਸੇ ਤਰ੍ਹਾਂ ਜਦੋਂ ਆਤਮ ਸਥਿਤੀ ਵਾਲਾ ਫਿਰ ਅੱਛੀ ਤਰ੍ਹਾਂ ਇਹ ਗੁਰਬਾਣੀ ਸਤਸ਼ਾਸਤਾ ਰਾਹ ਦਿੰਦੇ ਨੇ, ਕਾਇਦਾ ਹੈ, ਫਿਰ ਬਾਣੀ ਦੀ ਅੱਛੀ ਤਰ੍ਹਾਂ ਸਮਝ ਆਉਂਦੀ ਹੈ। ਕਿਵੇਂ ਰੋਗ ਲੱਗਦੇ ਨੇ, ਕਿਵੇਂ ਰੋਗ ਮਨ ਦੀ ਇਕਾਗਰਤਾ ਦੁਆਰਾ ਹਟ ਜਾਂਦੇ ਹਨ, ਉਹਦੇ ਆਪਣੇ ਐਕਸਪੀਰੀਅੰਸ ਵਿੱਚ, ਤਜਰਬੇ ਵਿੱਚ ਆ ਜਾਂਦੀ। ਗੁਰਬਾਣੀ ਜਿਤਨੀ ਹੈ, ਗੁਰੂ ਸਾਹਿਬਾਨ ਦਾ ਆਪਣਾ ਐਕਸਪੀਰੀਅੰਸ ਹੈ, ਆਪਣਾ ਅਨੁਭਵ ਹੈ, ਆਪਣਾ ਤਜਰਬਾ ਹੈ। ਇਸੇ ਕਰਕੇ ਕਿਸੇ ਦੇ ਖਿਆਲਾਤ, ਕਿਸੇ ਦੇ ਅਨੁਭਵ, ਕਿਸੇ ਦੇ ਐਕਸਪੀਰੀਅੰਸ ਉਹਦਾ ਆਪਣਾ ਰੂਪ ਹੀ ਹੁੰਦੇ ਹਨ। ਗੁਰਬਾਣੀ ਨੂੰ ਤਦੇ ਗੁਰੂ ਦਾ ਰੂਪ ਦੱਸਿਆ ਹੋਇਆ ਹੈ, ਉਹਨਾਂ ਦੇ ਆਪਣੇ ਅਨੁਭਵ ਨੇ, ਕਿਸੇ ਦੇ ਖਿਆਲਾਤ ਕਿਸੇ ਦਾ ਰੂਪ ਹੀ ਹੁੰਦੇ ਹਨ, ਇਹ ਪੈਦਾ ਹੈ। ਇਸ ਕਰਕੇ ਇਹਨਾਂ ਨੂੰ ਜਿੰਨਾ ਜਿੰਨਾ ਅਭਿਆਸ ਕਰਦਾ, ਕੋਈ ਆਪਣੇ ਮਨ ਨੂੰ ਅੰਤਰਮੁਖ ਕਰਦਾ, ਉਹਨਾਂ ਉਹਨਾਂ ਬਾਣੀ ਦੀ ਸਮਝ ਆਉਂਦੀ। ਜਦੋਂ ਪੂਰਾ ਅਸਥਿਤ ਹੋ ਜਾਂਦਾ ਇਹਦਾ ਮਨ ਆਤਮਾ ਦੇ ਵਿੱਚ, ਵਾਹਿਗੁਰੂ ਦੇ ਵਿੱਚ, ਪੂਰੀ ਪੂਰੀ ਸਮਝਤਾ ਬਾਣੀ ਦੇ ਫਿਰੇ ਆਉਂਦੀ ਹੈ, ਇਹ ਪੈਦਾ ਹੈ। ਜਿਹੜਾ ਗੁਰਬਾਣੀ ਨੂੰ ਜਾਂ ਸਤ ਸ਼ਾਸਤਰਾਂ ਨੂੰ ਬਹਿਸ ਦਾ ਵਿਸ਼ਾ ਬਣਾ ਲੈਂਦਾ, ਰਗੜੇ ਝਗੜੇ ਦਾ ਵਤੰਡਾਵਾਦੀ ਦਾ ਵਿਸ਼ਾ ਬਣਾ ਲੈਂਦਾ ਹੈ, ਉਹਨੂੰ ਸ਼ਾਂਤੀ ਕਦੇ ਆ ਹੀ ਨਹੀਂ ਸਕਦੀ, ਕਿਉਂਕਿ ਮਨ ਤਾਂ ਪਹਿਲੀ ਦਵੈਤ ਨਾਲ ਭਰਿਆ ਪਿਆ, ਹੋਰ ਦਵੈਤ ਭਰ ਜਾਂਦੀ ਨੇ। ਝਗੜੇ ਕੋਈ ਵੀ ਇਹੋ ਜਿਹਾ ਮਤ ਨਹੀਂ ਜਿਹਨੂੰ ਯੁਕਤੀ ਨਾਲ ਕੱਟਿਆ ਨਹੀਂ ਜਾ ਸਕਦਾ, ਤਾਂ ਤੇ ਜਗਿਆਸੂ ਨੂੰ ਚਾਹੀਦਾ ਇਹਨਾਂ ਝਗੜਿਆਂ ਝਾਕਿਆਂ ਤੋਂ ਪਰੇ ਹੋ ਕੇ ਆਪਣਾ ਪ੍ਰਭੂ ਪ੍ਰਾਪਤੀ ਦਾ ਲਾਭ ਉਠਾਵੇ, ਪੂਰਨ ਸੁਖੀ ਹੋਵੇ, ਜਨ ਮਨ ਦੇ ਬੰਧਨ ਕੱਟ ਲਵੇ। ਮਸਾਂ ਮਸਾਂ ਮਨੁੱਖਾਂ ਦੇ ਹੱਥ ਪਾਇਆ ਹੈ, ਅਤੇ ਆਹ ਸ਼ਾਸਨ ਇਉਂ ਆਹ ਪਰਮੇਸ਼ੁਰ ਤੇ ਭੁੱਲਿਆ ਵਿਆਪਨ ਸਭੇ ਰੋਗ। ਦੇਖੋ ਨਾ, ਪਹਿਲੇ ਮਨ ਨੂੰ ਰੋਗ ਲੱਗਦੇ, ਫਿਰ ਤਨ ਨੂੰ, ਪਹਿਲੇ ਮਨ ਰੋਗੀ ਹੁੰਦਾ, ਫਿਰ ਤਨ ਰੋਗੀ ਹੁੰਦਾ ਹੈ। ਜਦੋਂ ਮਨ ਦੇ ਵਿੱਚ ਤੁਸੀਂ ਖੁਦ ਮਹਿਸੂਸ ਕਰਿਆ ਕਰੋ, ਜਦੋਂ ਮਨ ਅਸ਼ਾਂਤ ਰਹੇ, ਚਿੰਤਾਤਰ ਰਹੇ, ਜਲਦਾ ਬਲਦਾ ਰਹੇ, ਦੁਖੀ ਰਹੇ, ਕਿਸੇ ਫਿਕਰਾਂ ਵਿੱਚ ਮੁਬਤਲਾ ਰਹੇ, ਹੋਰ ਕਾਮ ਕ੍ਰੋਧ ਲੋਭ ਹੰਕਾਰ ਹਰ ਵਿੱਚ ਇਹਦੇ ਵਿੱਚ ਹਰ ਵਕਤ ਇਹਦੇ ਵਿੱਚ ਪੰਜਾ ਮਾਰਦੇ ਰਹਿਣ, ਦੇਖੋ ਉਦੋਂ ਮਨ ਦੀ ਕੀ ਹਾਲਤ ਹੁੰਦੀ। ਜਦੋਂ ਮਨ ਦੀ ਹਾਲਤ ਹੁੰਦੀ ਹੈ, ਸਰੀਰ ਦੀ ਵੀ ਹਾਲਤ ਦੇਖ ਰਿਹਾ ਕਰੋ। ਆਮ ਲੋਕਾਂ ਦਾ ਕਥਨ ਵੀ ਹੈ, ਮੋਟੇ ਮਤ ਵਾਲੇ ਉਹ ਵੀ ਕਹਿੰਦੇ ਹਨ ਵੀ ਚਿੰਤਾ ਕਾਹਦੀ, ਚਿੰਤਾ ਤਾਂ ਚਿਖਾ ਬਰਾਬਰ। ਜਿਸ ਪੁਰਸ਼ ਨੂੰ ਚਿੰਤਾ ਰਹਿੰਦੀ ਹੈ, ਉਹ ਇੰਨਾ ਦੁਖੀ ਹੋ ਜਾਂਦਾ, ਸਰੀਰ ਨੂੰ ਕਹਿੰਦੇ ਮੇਰੇ ਨੂੰ ਤਾਂ ਚਿੰਤਾ ਰਹਿੰਦੀ, ਮੈਂ ਤਕੜਾ ਕਿਵੇਂ ਹੋ ਜਾਵਾਂ, ਖੁਰਾਕ ਨੀ ਮੈਨੂੰ ਲੱਗਦੀ ਹੈ, ਚਿੰਤਾ ਦਾ ਸ਼ਿਕਾਰ ਹੋਇਆ ਐਸਾ। ਤਾਂ ਤੇ ਆਓ ਸਾਸਨ ਪਰਮੇਸ਼ੁਰ ਤੇ ਭੁੱਲਿਆ ਵਿਆਪਨ ਸਭੇ ਰੋਗ। ਕਾਮ ਕ੍ਰੋਧ ਕਾਇਆ ਕੋ ਗਾਲੇ, ਕੰਚਨ ਸੁਹਾਗਾ ਢਾਲੇ। ਸੁਨਿਆਰ ਲੋਕ ਸੁਹਾਗੇ ਨੂੰ ਕਿਵੇਂ ਢਾਲਦੇ ਹਨ, ਕੁਠਾਲੀ ਵਿੱਚ ਪਾ ਕੇ ਸੋਨਾ, ਉਹਦੇ ਵਿੱਚ ਸੁਹਾਗਾ ਪਾਉਂਦੇ ਨੇ, ਫਿਰ ਉਹਨੂੰ ਅੱਗ ਤੇ ਰੱਖਦੇ ਨੇ, ਫਿਰ ਸੋਨਾ ਢਲਦਾ। ਕੰਨਾ ਇਕੱਲਾ ਸੋਨਾ ਪਾਓ, ਸੁਹਾਗੇ ਤੋਂ ਬਿਨਾਂ ਢਲਦਾ ਨਹੀਂ।
ਇਸੀ ਤਰ੍ਹਾਂ ਕਾਮ ਕ੍ਰੋਧ ਕਾਇਆ ਕੋ ਗਾਲੇ ਜੋ ਕੰਚਨ ਸੁਹਾਗਾ ਖਾ ਲੇ, ਜਿਵੇਂ ਸੁਹਾਗਾ ਕੰਚਨ ਨੂੰ ਢਾਲ ਸੋਨੇ ਨੂੰ ਢਾਲਦਾ ਹੈ, ਇਸੀ ਤਰ੍ਹਾਂ ਕਾਮ ਕ੍ਰੋਧ ਸਰੀਰ ਦਾ ਸਤਿਆਨਾਸ਼ ਕਰਦੇ ਹਨ। ਜਿਹੜਾ ਆਦਮੀ ਇਹਨਾਂ ਵਿੱਚ ਵਿਚਰਦਾ ਹੈ ਜ਼ਿਆਦਾ ਮਰਿਆਦਾ ਤੋਂ ਜ਼ਿਆਦਾ, ਉਹ ਤਾਂ ਪੁੱਛੋ ਨਾ, ਰੋਗ ਲੱਗਣਾ ਤਾਂ ਹੋਰ ਕੀ ਹੋਵੇ। ਆਹੋ ਇਉਂ ਇਹ ਤਾਂ ਪਹਿਲੇ ਤਾਂ ਮਨ ਨੂੰ ਅਸ਼ਾਂਤੀ, ਜਲਣਾ ਬਲਣਾ, ਸੜਨਾ, ਚਿੰਤਾ ਤਰ, ਉਸ ਤੋਂ ਬਾਅਦ ਸਰੀਰ ਨੂੰ ਵੀ ਹੌਲੀ 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 ਰੋਗ ਲੱਗ ਜਾਂਦੇ ਹਨ। ਕਾਫੀ ਦੇਰ ਜਦੋਂ ਇਹਨਾਂ ਦਾ ਕਦੇ ਤਾਂ ਕਿਹਾ ਕਾਮ ਬਰੋਬਰ ਵਿਆਹ ਦੇਣਾ, ਸ਼ਤਰੂ ਨਾ ਮੋਹ ਸਮਾਨ, ਆਨ ਅਗਰ ਨਾ ਕ੍ਰੋਧ ਸਮ, ਸੁਖ ਨਾ ਸਮਾਨ ਗਿਆਨ। ਕਾਮ ਜਿੱਡੀ ਬਿਮਾਰੀ ਕੋਈ ਨਹੀਂ, ਸ਼ਤਰੂ ਨਾ ਮੋਹ ਸਮਾਨ, ਮੋਹ ਜਿੱਡਾ ਕੋਈ ਦੁਸ਼ਮਣ ਨਹੀਂ ਹੈ। ਆਨ ਅਗਨ ਨਾ ਕ੍ਰੋਧ ਸਮ, ਕ੍ਰੋਧ ਵਰਗੀ ਕੋਈ ਅਗਨੀ ਹੈ। ਅਗਨ ਕ੍ਰੋਧ ਚੰਡਾਲ, ਬਾਹਰਲੀ ਅੱਗ ਤਾਂ ਬਾਹਰੋਂ ਫੂਕਦੀ ਹੈ, ਮਨ ਨੂੰ ਫੂਕੀ ਜਾਂਦਾ। ਸੋ ਜਿਹਨੂੰ ਜਦੋਂ ਕ੍ਰੋਧੀ ਆਦਮੀ ਦੂਜੇ ਨੂੰ ਬੋਲਦਾ, ਉਹਦਾ ਦਿਲ ਵੀ ਫੂਕਦਾ। ਸੋ ਕਰਕੇ ਅੰਦਰੋਂ ਅੰਦਰ ਫੂਕੀ ਜਾਂਦਾ ਕ੍ਰੋਧੀ ਆਦਮੀ। ਆਨ ਅਗਨ ਨਾ ਕ੍ਰੋਧ ਸਮ, ਸੁਖ ਨਾ ਸਮਾਨ ਗਿਆਨ। ਬ੍ਰਹਮ ਗਿਆਨ ਜਿੱਡਾ ਸੁਖ ਕੋਈ ਨਹੀਂ। ਜਿਸਦੇ ਹਿਰਦੇ ਵਿੱਚ ਭਗਤੀ ਕਰਦੇ ਕਰਦੇ ਬ੍ਰਹਮ ਦਾ ਗਿਆਨ, ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ, ਉਹਦਾ ਮਨ ਗੜੇ ਵਾਂਗੂ ਠੰਡਾ ਹੋ ਜਾਂਦਾ। ਇਹ ਖਬਰ ਨਹੀਂ ਕਿੱਧਰ ਨੂੰ ਨੱਠ ਜਾਂਦੇ, ਦੁਨੀਆਂ ਹੀ ਉਹਨਾਂ ਦੇ ਭਾਅ ਦੀ ਨਾਸ ਹੋ ਜਾਂਦੀ। ਦੁਨੀਆਂ ਮਨ ਦੀ ਕਲਪਨਾ ਦਾ ਨਾਮ ਹੈ, ਜਦੋਂ ਮਨ ਨਸ਼ਟ ਹੋ ਗਿਆ, ਦੁਨੀਆਂ ਕਿੱਥੇ ਠਹਿਰੇ ਉੱਥੇ। ਜਦੋਂ ਦੁਨੀਆਂ ਨਾ ਠਹਿਰੇ, ਇਹੋ ਜਿਹੇ ਦੁੱਖ ਤਕਲੀਫਾਂ ਬਿਮਾਰੀਆਂ, ਵਾਹਿਗੁਰੂ ਦੇ ਵਿੱਚ ਇਹ ਦੁੱਖ ਨਹੀਂ, ਬਿਮਾਰੀ ਨਹੀਂ, ਕੰਮ ਕੋਲੋਂ ਹੰਕਾਰ ਨਹੀਂ, ਚਿੰਤਾ ਫਿਕਰ ਨਹੀਂ, ਰੋਗ ਨਹੀਂ, ਉੱਥੇ ਗਰੀਬੀ ਨਹੀਂ, ਫੁਲਸੀ ਨਹੀਂ, ਉੱਥੇ ਆਨੰਦ ਦਾ ਸਾਗਰ ਠਾਠਾ ਮਾਰਦਾ। ਜਿਹੜੇ ਭਗਤੀ ਕਰਦੇ ਕਰਦੇ ਉਸਨੂੰ ਮਿਲ ਗਏ, ਉੱਥੇ ਤਾਂ ਇਹਨਾਂ ਦਾ ਨਾਮ ਨਿਸ਼ਾਨ ਰਹਿੰਦਾ ਨਹੀਂ। ਹਨੇਰਾ ਤੇ ਚਾਨਣਾ ਇਕੱਠੇ ਨਹੀਂ ਰਹਿੰਦੇ, ਜਿੱਥੇ ਚਾਨਣਾ ਆਉਂਦਾ ਹਨੇਰੇ ਦਾ ਨਮੂਦ ਨਹੀਂ ਕਹਿੰਦਾ। ਜਿੱਥੇ ਵਾਹਿਗੁਰੂ ਆ ਗਿਆ, ਉੱਥੇ ਇਹ ਚੀਜ਼ਾਂ ਰਹਿੰਦੀਆਂ ਨਹੀਂ ਹੁੰਦੀਆਂ, ਇਹ ਅਸੂਲਨ ਗੱਲ ਹੈ। ਤਾਂ ਤੇ ਉਸਨੂੰ ਹਿਰਦੇ ਵਿੱਚ ਬਿਠਾ ਕੇ ਰੱਖੋ, ਹੈ ਤਾਂ ਹਿਰਦੇ ਵਿੱਚ ਹੀ, ਨਾਮ ਦੇ ਆਸਰੇ ਉਹਦੇ ਨਾਲ ਸੁਰਤ ਜੋੜ ਕੇ ਰੱਖੋ, ਮਤਲਬ ਇਹ ਹੈ। ਆਓ ਸਾਸਨ ਕਦੇ ਹੀ ਬ੍ਰਹਮ ਗਿਆਨ ਕਹਿੰਦੇ ਨੇ, ਪ੍ਰਭੂ ਪ੍ਰਾਪਤੀ ਦਾ ਨਾਮ ਬ੍ਰਹਮ ਗਿਆਨ। ਜਿਸ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ, ਉਹਦੇ ਬਾਅਦ ਸੰਸਾਰ ਖਤਮ ਹੋ ਜਾਂਦਾ। ਕੀ ਰਹਿ ਜਾਂਦਾ? ਇਹ ਜਗਤ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਜਗਤ ਨਹੀਂ ਰਹਿ ਜਾਂਦਾ, ਜਿਹਨੇ ਰੱਸੀ ਮੜਕ ਜਾਣੇ ਚ, ਜਿਹਨੂੰ ਰੱਸੀ ਸੱਪ ਭਾਸਦੀ ਹੈ, ਜੇ ਚਾਨਣਾ ਲਿਆ ਕੇ ਦੇਖਦਾ ਰੱਸੀ ਰੱਸੀ ਹੁੰਦੀ ਹੈ, ਹਨੇਰੇ ਵਿੱਚ ਹੀ, ਮੜਕ ਚਾਨਣੇ ਵਿੱਚ ਹੀ ਉਹ ਸੱਪ ਭਾਸਦਾ ਸੀ। ਸੱਪ ਦੇ ਪ੍ਰਤੀਤ ਹੋਣ ਕਰਕੇ ਦਿਲ ਧੜਕਦਾ ਸੀ, ਕੰਮ ਬਾਹਰ ਛਿੜਦਾ ਸੀ, ਦੁਖੀ ਹੁੰਦਾ ਸੀ, ਯਤਨ ਕਰਦਾ ਸੀ। ਇਹ ਜੋ ਚਾਨਣਾ ਲਿਆ ਕੇ ਦੇਖਿਆ ਰੱਸੀ ਰੱਸੀ, ਉਹਦਾ ਤੜਕਾ, ਘਬਰਾਹਟ, ਦੁੱਖ, ਕਲੇਸ਼ ਸਾਰੇ ਮਿਟ ਜਾਂਦੇ ਹਨ। ਕਿਉਂ? ਗਿਆਨ ਦੇ ਅੰਧੇਰੇ ਵਿੱਚ ਇਹ ਜੋ ਦ੍ਰਿਸ਼ ਹੈ, ਇਹ ਸੰਸਾਰ ਭਾਸਦਾ ਹੈ। ਜਦੋਂ ਗਿਆਨ ਦੀ ਰੋਸ਼ਨੀ ਹੁੰਦੀ ਹੈ, ਇਹਦੇ ਹਿਰਦੇ ਵਿੱਚ ਇਹ ਜਗਤ ਹਰ ਕਾ ਰੂਪ ਪ੍ਰਤੀਤ ਹੋਣ ਲੱਗ ਪੈਂਦਾ ਹੈ। ਨੇਤਰੋ ਮੇਰੇ ਹਰ ਤੂੰ ਮੈਂ ਜੋ ਤਰੀ ਹਰ ਨਾ ਦੇਖੋ ਕੋਈ ਨਦਰੀ ਹਰ ਨੇ ਹਾਲਿਆ। ਇਹ ਵਿਸ਼ਵ ਸੰਸਾਰ ਤੂੰ ਦੇਖਦੇ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਗੁਰ ਪ੍ਰਸ਼ਾਦੀ ਵੇਖ ਦੂਜੇ ਜਾਂ ਵੇਖਾਂ, ਹਰ ਇੱਕ ਹੈ ਹਰ ਬਿਨ ਅਵਰਨ ਕੋਈ ਕਹੇ ਨਾਨਕ। ਇਹ ਨੇਤਰ ਅੰਧ ਸੇ ਸਤੁਰ ਮਿਲਿਆ, ਦਿਵ ਦਿਸ਼ਟ ਹੋਈ। ਉਸ ਮੌਕੇ ਹੀ ਅਸਲ ਗੁਰੂ ਨਾਨਕ ਜੀ ਦਾ ਸਿਧਾਂਤ ਆਦਿ ਸੱਚ, ਆਦਿ ਸੱਚ ਹੈ ਵੀ ਸੱਚ, ਨਾਨਕ ਖੁਸ਼ੀ ਵੀ ਸੱਚ, ਅੱਛੀ ਤਰ੍ਹਾਂ ਅਨੁਭਵ ਨਹੀਂ ਮਹੱਤ ਤੇ ਔਲਾ ਪਿਆ ਹੈ। ਹਾਂ, ਗੁਰਬਾਣੀ ਅਮਲ ਵਾਸਤੇ ਬਣੀ ਹੋਈ।